ਜਿਹੜੀ ਕੰਗਣਾ ਰਣਾਵਤ ਆ ਉਹ ਕਲਾ ਦੇ ਨਾਂ 'ਤੇ ਮਾਰਕੀਟਿੰਗ ਕਰਦੀ ਹੈ, ਉਹਨੂੰ ਐਮਰਜੈਂਸੀ ਫਿਲਮ ਬਣਾਉਣ ਦੀ ਲੋੜ ਕਿਉਂ ਪਈ? ਉਹਨੂੰ ਪਤਾ ਸੀ ਮੈਂ ਇੱਥੇ ਆਹ ਕਰਾਂਗੀ ਅਤੇ ਇਸ ਮੁੱਦੇ 'ਤੇ ਆਹ ਰੌਲਾ ਪਊਗਾ ਅਤੇ ਮੈਂ ਉਹਦੇ ਨਾਲ ਲਾਈਮਲਾਈਟ 'ਚ ਆਉਣਾ, ਮੈਂ ਉਹਦੇ ਨਾਲ ਹਿੱਟ ਹੋਣਾ। ਇਹ ਮਸਲਾ ਸਭ ਤੋਂ ਪਹਿਲਾਂ ਮਸਲਾ ਤਾਂ ਸਮਝਣ ਦੀ ਲੋੜ ਹੈ। ਜਦੋਂ ਮੋਰਚਾ ਚੱਲ ਰਿਹਾ ਸੀ, ਜਿੰਨੇ ਉਹਦੇ ਵਿਵਾਦਤ ਬਿਆਨ ਆਏ ਉਹ ਸਾਰਾ ਕੁਝ ਸੋਚੀ ਸਮਝੀ ਸਾਜ਼ਿਸ਼ ਸੀਗੀ ਕਿ ਮੈਂ ਇੱਦਾਂ ਇੱਦਾਂ ਬਿਆਨ ਦੇਣੇ, ਇਹ ਤਾਂ ਆਹ ਬੰਦੇ ਰਿਐਕਟ ਕਰਨਗੇ, ਆਹ ਹੋਊਗਾ ਆਹ ਹੋਊਗਾ, ਅਤੇ ਮੈਂ ਉਹਦੇ 'ਚ ਲਾਈਮਲਾਈਟ 'ਚ ਆ ਕੇ ਮੈਂ ਸਿਆਸਤ ਵਿੱਚ ਆਉਣਾ। ਅਤੇ ਉਹ ਹੁਣ ਤੱਕ ਕਾਮਯਾਬ ਹੋਈ ਹੈ। ਉਹ ਪਹਿਲਾਂ ਕੋਈ ਸਿਆਸਤ ਨਹੀਂ ਸੀ, ਉਹਨੇ ਆ ਕੇ ਮੋਰਚੇ ਦੇ ਦੌਰਾਨ ਜਿਹੜੀਆਂ ਚੀਜ਼ਾਂ ਬੋਲੀਆਂ ਉਹਦੇ ਨਾਲ ਲਾਈਮਲਾਈਟ 'ਚ ਆਈ, ਕੁਝ ਲੋਕਾਂ ਨੂੰ ਲੱਗਿਆ ਵੀ ਇਹ ਸਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਸਿਆਸਤ ਨੂੰ ਹਮੇਸ਼ਾ ਉਹ ਬੰਦੇ ਚਾਹੀਦੇ ਹੁੰਦੇ ਨੇ ਜਿਹੜੇ ਬੰਦੇ ਚਰਚਾ 'ਚ ਹੋਣ। ਇੱਕ ਬੰਦਾ ਮੱਘਰ ਸਿੰਘ ਘਰੇ ਬੈਠਾ, ਆਪਣਾ ਬਹੁਤ ਇਮਾਨਦਾਰ ਬੰਦਾ, ਬਹੁਤ ਇੰਟੈਲੀਜੈਂਟ ਪੜ੍ਹਿਆ, ਸਿਆਸਤਾਂ ਤੋਂ ਕੀ ਲੈਣੇ? ਉਹ ਕਹਿੰਦਾ ਜਾਣਦਾ ਕੌਣ ਇਹਨੂੰ? ਸਿਆਸਤ ਨੂੰ ਚਰਚਾ ਵਾਲੇ ਬੰਦੇ ਚਾਹੀਦੇ ਆ। ਇਸ ਕਰਕੇ ਜਿਹੜੇ ਚਲਾਕ ਲੋਕ ਹੈ ਉਹ ਹਮੇਸ਼ਾ ਚਰਚਾ 'ਚ ਰਹਿੰਦੇ ਨੇ। ਅੱਜ ਜਿਹੜਾ ਡਾਇਰੈਕਟਰ ਤੁਸੀਂ ਗੱਲ ਕਰਦੇ ਹੋ ਫਿਲਮ ਦੀ, ਅੱਜ ਸਾਡੇ ਬੰਦੇ ਨਹੀਂ ਇਸ ਗੱਲ ਨੂੰ ਸਮਝ ਰਹੇ। ਅਸੀਂ ਜਾਣ ਬੁੱਝ ਕੇ ਉਹਨੂੰ ਹਾਈਲਾਈਟ ਕਰੀ ਜਾਂਦੇ ਯਾਰ, ਕਿਉਂ ਹਾਈਲਾਈਟ ਕਰ ਰਹੇ ਤੁਸੀਂ ਉਹਨੂੰ? ਜਦੋਂ ਤੁਹਾਡੇ ਕੋਲ ਇੱਕ ਪ੍ਰੋਪਰ ਰਸਤਾ ਹੈਗਾ, ਫਿਲਮ ਆਉਂਦੀ ਹੈ, ਫਿਲਮ ਦੇਖੋ ਤੁਸੀਂ, ਫਿਲਮ ਦੇ ਵਿੱਚ ਗਲਤ ਕੁਛ ਕਰਿਆ ਤੁਸੀਂ ਫਿਲਮ ਬੈਨ ਕਰਵਾਓ। ਸੈਂਸਰ ਬੋਰਡ ਸਭ ਤੋਂ ਵੱਡਾ ਥੋੜ੍ਹਾ ਹੋਇਆ, ਮੈਂ ਕਹਿੰਦਾ ਸੈਂਸਰ ਬੋਰਡ ਵੀ ਪਾਸ ਕਰ ਦੇਵੇ। ਮੰਨ ਲਓ ਜੇ ਤੁਹਾਡੇ ਕੋਲ ਅਖੀਰ ਨੂੰ ਤਾਂ ਤੁਹਾਡੀ ਅਦਾਲਤ ਆਪਣੀ ਹੈਗੀ ਹੈ ਨਾ, ਦੇਖਣ ਕਿਹਨੇ ਜਾਣਾ? ਜੇ ਤੁਸੀਂ ਇਹ ਚਸਕਾ ਚਾਹੁੰਦੇ ਹੋ, ਅਜੇ ਦਰਸ਼ਕ ਇਸ ਗੱਲ 'ਤੇ ਆਪਣੇ ਆਪ ਨੂੰ ਸੈਟੀਸਫਾਈ ਕਰ ਲੈਂਦਾ ਹੈ ਕਿ ਇਸ ਫਿਲਮ ਦੀ ਬਹੁਤ ਚਰਚਾ, ਮੈਂ ਤਾਂ ਜਾਣਾ। ਭਾਅ ਜੀ ਇਹ ਦਰਸ਼ਕ ਨੂੰ ਵੀ ਸਿਆਣਾ ਹੋਣਾ ਪਊਗਾ। ਅਸੀਂ ਜਾਣ ਬੁੱਝ ਕੇ ਕੰਗਣਾ ਰਣਾਵਤ ਨੂੰ ਵੱਡੀ ਕਰਨ ਲੱਗੇ ਹੋਏ। ਕੰਗਣਾ ਰਣਾਵਤ ਨੇ ਸਰਦਾਰਾਂ ਬਾਰੇ ਬਿਆਨ ਦਿੱਤਾ, ਕਿਸਾਨਾਂ ਬਾਰੇ ਬਿਆਨ ਦਿੱਤਾ ਕਿ ਉੱਥੇ ਰੇਪ ਹੁੰਦੇ ਸੀਗੇ, ਹੈ ਨਾ, ਵੀ ਕਿਸਾਨ, ਹੈ ਨਾ, ਵੀ ਉਹਨਾਂ ਨੇ ਬੜੇ ਐਲੀਗੇਸ਼ਨਸ ਲਗਾਏ ਕਿਸਾਨਾਂ ਦੇ ਉੱਤੇ ਵੀ। ਇੱਕ ਸਿੱਖ ਕੋਲੋਂ ਮੈਂ ਪੁੱਛਣਾ ਜ਼ਰੂਰ ਚਾਹੂੰਗਾ ਕਿ ਜਦੋਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਕੰਗਣਾ ਵੱਲੋਂ ਕੁਛ ਤੁਹਾਨੂੰ ਲੱਗਦਾ? ਕੁਛ ਲੋਕ ਕਲਾ ਨੂੰ ਕਲਾ ਦੇ ਤੌਰ 'ਤੇ ਵਰਤਦੇ ਨੇ, ਕੁਛ ਲੋਕ ਕਲਾ ਦੇ ਨਾਂ 'ਤੇ ਮਾਰਕੀਟਿੰਗ ਕਰਦੇ ਨੇ। ਜਿਹੜੀ ਕੰਗਣਾ ਰਣਾਵਤ ਆ ਉਹ ਕਲਾ ਦੇ ਨਾਂ 'ਤੇ ਮਾਰਕੀਟਿੰਗ ਕਰਦੀ ਹੈ। ਉਹਨੂੰ ਐਮਰਜੈਂਸੀ ਫਿਲਮ ਬਣਾਉਣ ਦੀ ਲੋੜ ਕਿਉਂ ਪਈ? ਉਹਨੂੰ ਪਤਾ ਸੀ ਮੈਂ ਇੱਥੇ ਆਹ ਕਰਾਂਗੀ ਅਤੇ ਇਸ ਮੁੱਦੇ 'ਤੇ ਆਹ ਰੌਲਾ ਪਊਗਾ ਅਤੇ ਮੈਂ ਉਹਦੇ ਨਾਲ ਲਾਈਮਲਾਈਟ 'ਚ ਆਉਣਾ, ਮੈਂ ਉਹਦੇ ਨਾਲ ਹਿੱਟ ਹੋਣਾ। ਇਹ ਮਸਲਾ ਸਭ ਤੋਂ ਪਹਿਲਾਂ ਮਸਲਾ ਤਾਂ ਸਮਝਣ ਦੀ ਲੋੜ ਹੈ। ਜਦੋਂ ਮੋਰਚਾ ਚੱਲ ਰਿਹਾ ਸੀ, ਜਿੰਨੇ ਉਹਦੇ ਵਿਵਾਦਤ ਬਿਆਨ ਆਏ ਉਹ ਸਾਰਾ ਕੁਝ ਸੋਚੀ ਸਮਝੀ ਸਾਜ਼ਿਸ਼ ਸੀਗੀ ਕਿ ਮੈਂ ਇੱਦਾਂ ਇੱਦਾਂ ਬਿਆਨ ਦੇਣੇ, ਇਹ ਤਾਂ ਆਹ ਬੰਦੇ ਰਿਐਕਟ ਕਰਨਗੇ, ਆਹ ਹੋਊਗਾ ਆਹ ਹੋਊਗਾ, ਅਤੇ ਮੈਂ ਉਹਦੇ 'ਚ ਲਾਈਮਲਾਈਟ 'ਚ ਆ ਕੇ ਮੈਂ ਸਿਆਸਤ ਵਿੱਚ ਆਉਣਾ। ਅਤੇ ਉਹ ਹੁਣ ਤੱਕ ਕਾਮਯਾਬ ਹੋਈ ਹੈ। ਉਹ ਪਹਿਲਾਂ ਕੋਈ ਸਿਆਸਤ ਨਹੀਂ ਸੀ, ਉਹਨੇ ਆ ਕੇ ਮੋਰਚੇ ਦੇ ਦੌਰਾਨ ਜਿਹੜੀਆਂ ਚੀਜ਼ਾਂ ਬੋਲੀਆਂ ਉਹਦੇ ਨਾਲ ਲਾਈਮਲਾਈਟ 'ਚ ਆਈ, ਕੁਝ ਲੋਕਾਂ ਨੂੰ ਲੱਗਿਆ ਵੀ ਇਹ ਸਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਸਿਆਸਤ ਨੂੰ ਹਮੇਸ਼ਾ ਉਹ ਬੰਦੇ ਚਾਹੀਦੇ ਹੁੰਦੇ ਨੇ ਜਿਹੜੇ ਬੰਦੇ ਚਰਚਾ 'ਚ ਹੋਣ। ਇੱਕ ਬੰਦਾ ਮੱਘਰ ਸਿੰਘ ਘਰੇ ਬੈਠਾ, ਆਪਣਾ ਬਹੁਤ ਇਮਾਨਦਾਰ ਬੰਦਾ, ਬਹੁਤ ਇੰਟੈਲੀਜੈਂਟ ਪੜ੍ਹਿਆ, ਸਿਆਸਤਾਂ ਤੋਂ ਕੀ ਲੈਣੇ? ਉਹ ਕਹਿੰਦਾ ਜਾਣਦਾ ਕੌਣ ਇਹਨੂੰ? ਸਿਆਸਤ ਨੂੰ ਚਰਚਾ ਵਾਲੇ ਬੰਦੇ ਚਾਹੀਦੇ ਹੈ। ਇਸ ਕਰਕੇ ਜਿਹੜੇ ਚਲਾਕ ਲੋਕ ਹੈ ਉਹ ਹਮੇਸ਼ਾ ਚਰਚਾ 'ਚ ਰਹਿੰਦੇ ਨੇ। ਅੱਜ ਜਿਹੜਾ ਡਾਇਰੈਕਟਰ ਤੁਸੀਂ ਗੱਲ ਕਰਦੇ ਹੋ ਫਿਲਮ ਦੀ, ਅੱਜ ਸਾਡੇ ਬੰਦੇ ਨਹੀਂ ਇਸ ਗੱਲ ਨੂੰ ਸਮਝ ਰਹੇ। ਅਸੀਂ ਜਾਣ ਬੁੱਝ ਕੇ ਉਹਨੂੰ ਹਾਈਲਾਈਟ ਕਰੀ ਜਾਂਦੇ ਯਾਰ, ਕਿਉਂ ਹਾਈਲਾਈਟ ਕਰ ਰਹੇ ਹੋ ਤੁਸੀਂ ਉਹਨੂੰ? ਜਦੋਂ ਤੁਹਾਡੇ ਕੋਲ ਇੱਕ ਪ੍ਰੋਪਰ ਰਸਤਾ ਹੈਗਾ, ਫਿਲਮ ਆਉਂਦੀ ਹੈ, ਫਿਲਮ ਦੇਖੋ ਤੁਸੀਂ, ਫਿਲਮ ਦੇ ਵਿੱਚ ਗਲਤ ਕੁਛ ਕਰਿਆ ਤੁਸੀਂ ਫਿਲਮ ਬੈਨ ਕਰਵਾਓ। ਸੈਂਸਰ ਬੋਰਡ ਸਭ ਤੋਂ ਵੱਡਾ ਥੋੜ੍ਹਾ ਹੋਇਆ, ਮੈਂ ਕਹਿੰਦਾ ਸੈਂਸਰ ਬੋਰਡ ਵੀ ਪਾਸ ਕਰ ਦੇਵੇ। ਮੰਨ ਲਓ ਜੇ ਤੁਹਾਡੇ ਕੋਲ ਅਖੀਰ ਨੂੰ ਤਾਂ ਤੁਹਾਡੀ ਅਦਾਲਤ ਆਪਣੀ ਹੈਗੀ ਹੈ ਨਾ, ਦੇਖਣ ਕਿਹਨੇ ਜਾਣਾ? ਜੇ ਤੁਸੀਂ ਇਹ ਚਸਕਾ ਚਾਹੁੰਦੇ ਹੋ, ਅਜੇ ਦਰਸ਼ਕ ਇਸ ਗੱਲ 'ਤੇ ਆਪਣੇ ਆਪ ਨੂੰ ਸੈਟੀਸਫਾਈ ਕਰ ਲੈਂਦਾ ਹੈ ਕਿ ਇਸ ਫਿਲਮ ਦੀ ਬਹੁਤ ਚਰਚਾ, ਮੈਂ ਤਾਂ ਜਾਣਾ। ਭਾਅ ਜੀ ਇਹ ਦਰਸ਼ਕ ਨੂੰ ਵੀ ਸਿਆਣਾ ਹੋਣਾ ਪਊਗਾ। ਅਸੀਂ ਜਾਣ ਬੁੱਝ ਕੇ ਕੰਗਣਾ ਰਣਾਵਤ ਨੂੰ ਵੱਡੀ ਕਰਨ ਲੱਗੇ।